ਇੱਕ ਭਾਈ ਦੋ ਭਾਈ ਤੇ ਜ਼ਿੰਮੇਦਾਰ ਅੱਛਾ ਜੀ ਜ਼ਿੰਮੇਦਾਰ ਦੋ ਭਾਈ ਤੇ ਇਹ ਦੋ ਭਾਈ ਤੇ ਇੱਕ ਸਾਧ ਹੋ ਗਿਆ ਅੱਛਾ ਜੀ ਅੱਗੇ ਸਾਧ ਹੋਣਾ ਨਾਥ ਹੋਣਾ ਵਿੱਚ ਉਹਨਾਂ ਨੂੰ ਉਧਰ ਹੀ ਵਿਰਤੀ ਲੱਗ ਜਾਂਦੀ ਉਧਰ ਹੀ ਸੁਰਤੀ ਲੱਗ ਜਾਂਦੀ ਵੀ ਆਪਾਂ ਤਾਂ ਸਾਧ ਹੀ ਹੋਵਾਂਗੇ ਇੱਕ ਤਾਂ ਸਾਧ ਹੋ ਗਿਆ ਇੱਕ ਘਰੇ ਆਪਦਾ ਖੇਤੀ ਕਰਿਆ ਕਰਿਆ ਕਰੇ ਖੇਤੀ ਕਰਦਾ ਤੇ ਉਹ ਭਾਈ ਜੋ ਘਬਰੂ ਜਾ ਹੋ ਚੱਲਿਆ ਉਹ ਸਾਦੀ ਹੋ ਗਈ ਹੂੰ ਸਾਦੇ ਹੋ ਗਏ ਇਤਨੇ ਭਈ ਬੱਚੇ ਹੋ ਗਏ ਹੂੰ ਬੱਚੇ ਹੋ ਗਏ ਤਾਂ ਜੇ ਤਕੜੇ ਬੱਚੇ ਹੋ ਗਏ ਹੂੰ ਆਪ ਥੋੜਾ ਜਿਹਾ ਆਤਾਰਜੇ ਹੋ ਚੱਲਿਆ 50 60 ਸਾਲ ਦੀ ਉਮਰ ਉਧਰੋਂ 50 60 ਸਾਲ ਦੇ ਆਪ ਚ ਅਗੜ ਪਿਛੜਦੇ ਹੋਣਗੇ ਸਾਲ ਦੋ ਸਾਲ ਹੂੰ ਉਹ ਸਾਧ ਤੇ ਉਹ ਭਾਈ ਭਾਈ ਉਹ ਵੀ ਉਹਨਾਂ ਹੋ ਚੱਲਿਆ 60 ਸਾਲ ਦੀ ਉਮਰ ਦਾ ਹੂੰ ਸਾਦ ਨੇ ਸੋਚਿਆ ਵੀ ਮਣਾ ਠੀਕ ਐ ਆਦੂ ਬਣ ਗਏ ਰੱਬ ਦਾ ਨਾਮ ਲੈ ਹੈਗਾ ਹਮ ਪਰਮਾਤਮਾ ਦੀ ਭਗਤੀ ਕਰੀ ਹੈ ਵੀ ਘਰੇ ਵੀ ਮੜ ਜਾ ਬਿੜਕਤਾ ਲੈ ਲੀਏ ਹਮ ਸਹੀ ਚਲੋ ਭਰਾ ਦੀ ਬਿੜਕਤਾ ਲੈ ਲੀਏ ਫਿਰ ਵੀ ਮਮਤਾ ਹੁੰਦੀ ਹੈ ਭਰਾ ਦੀ ਹਾਂਜੀ ਚਲੋ ਉਹ ਆਇਆ ਭਾਈ ਆਇਆ ਤੇ ਉਹ ਖੇਤ ਹਣ ਬੋਂਦਾ ਤੇ ਹਮ ਤੇ ਬੋਂਦਾ ਤੇ ਜਿਵੇਂ ਆਪਣੇ ਨਹਿਰਾ ਪੋਲ ਹੈ ਨਹੀਂ ਤੇ ਆਇ ਕੋਈ ਥੋੜੀ ਘਣੀ ਨਦੀ ਸੀ ਨਦੀ ਦੇ ਨਾਲ ਚਲਦੀ ਹੁੰਦੀ ਜਾਦੇ ਨਹੀਂ ਡੂੰਗਾ ਪਾਣੀ ਹੋਣਾ ਚਲੋ 5-4 ਫੁੱਟ ਹੋਊਗਾ ਵੀ ਉਹ ਪਾਣੀ ਦੇ ਵਿੱਚ ਦੀ ਲੰਘ ਕੇ ਜਾਂਦੇ ਪਾਣੀ ਵਿੱਚ ਹੀ ਆਉਂਦੇ ਠੀਕ ਹੈ ਉਹ ਜੋ ਘਰੇ ਆ ਗਿਆ ਸਾਧ ਤਾਂ ਉਹਨੇ ਉਹ ਕਰਾ ਲਈ ਤੇ ਵਿਚਾਰੀ ਉਹਦੇ ਦੇਖੀ ਨਹੀਂ ਹੁਣੀ ਜਿਹੜੀ ਉਹਦੇ ਉੱਪਰ ਜਾਈਆਂ ਦਾ ਥਾਂ ਸੀ ਉਹਨੇ ਆਖਿਆ ਕੋਈ ਸਾਧਾ ਹੈਗਾ ਵੀ ਬਾਬਾ ਬਹਿ ਜਾਓ ਉਹ ਕਹਿੰਦਾ ਬਹਿ ਜਾ ਨਾ ਭਾਈ ਤੁਸੀਂ ਕੌਣ ਹੋ ਵੀ ਐ ਮੈਂ ਤਾਂ ਘਰ ਵਾਲੇ ਦੀ ਮਾਲਕਣਾ ਕਰਦੀ ਅੱਛਾ ਕੀ ਨਾਮ ਆ ਫਲਾਣੇ ਨਾਮ ਦਾ ਬੰਦਾ ਉਹ ਕਹਿੰਦਾ ਮੇਰਾ ਭਰਾ ਐ ਉਹ ਫਿਰ ਉਹ ਕਹਿੰਦੀ ਤੁਸੀਂ ਸਾਧੂ ਹੋ ਵੀ ਗੱਲਾਂ ਉਹ ਵੀ ਕਰਦਾ ਹੁੰਦਾ ਤੇ ਵੀ ਇੱਕ ਮੇਰਾ ਭਾਈ ਸੀਗਾ ਸਾਥ ਹੋ ਗਿਆ ਵੀ ਮੁੜ ਕੇ ਆਇਆ ਨਹੀਂ ਵੀ ਅੱਛਾ ਤੁਸੀਂ ਉਹੀ ਸਾਧੂ ਬਹਿ ਜਾਓ ਹੂੰ ਪਾਣੀ ਧਣੀ ਪਿਆ ਆ ਹੂੰ ਤੇ ਖੈਰ ਸੁੱਖੋ ਪੁੱਛੀ ਵੀ ਉਹ ਠੀਕ ਠਾਕ ਰਹੇ ਤੁਸੀਂ ਹੂੰ ਉਹ ਖੈਰ ਸੁੱਖੋ ਪੁੱਛ ਕੇ ਸਾਰਾ ਕੁਝ ਚਾਹ ਪਾਣੀ ਪਿਆ ਕੇ ਉਹ ਕਹਿੰਦਾ ਮੇਰਾ ਭਰਾ ਹੂੰ ਉਹ ਕਹਿੰਦੇ ਜੋ ਤਾਂ ਦੇਖ ਲੈ ਹਾਲ ਬੋਂਦਾਗਾ ਹੂੰ ਆਪਣੇ ਨਦੀ ਤੋਂ ਪਾਰ ਆ ਜੇ ਮੈਂ ਆਪਾਂ ਕਹਿੰਦੇ ਨਹਿਰ ਤੋਂ ਪਾਰ ਆ ਹੂੰ ਉਹ ਕਹਿੰਦਾ ਫਿਰ ਮੈਂ ਮੁੜਨਾ ਵੀ ਜੇ ਸੱਦ ਲਿਆ ਮੈਂ ਹੂੰ ਉਹ ਕਹਿੰਦੇ ਜੀ ਫਿਰ ਮੈਂ ਨਦੀ ਬਿਜਦੀ ਦਾ ਲੰਘ ਨਹੀਂ ਸਕਦੇ ਪਾਣੀ ਐ ਪੰਜ ਚਾਰ ਫੋਟੋ ਬੇ ਮੈਨੂੰ ਨਾ ਕਿਤੇ ਗਾਹਾਂ ਰੋਡ ਕੇ ਲੈ ਜੇ ਕੀ ਪਤਾ ਕਿਤੇ ਟੋਆ ਟੱਲਾ ਵੀ ਹੁੰਦਾ ਹੋ ਕੋ ਕਹਿੰਦਾ ਆ ਲਮੈ ਤੈਨੂੰ ਰਾਖਾ ਕਰਕੇ ਦਿੰਨਾ ਤੂੰ ਮੂਰੇ ਆ ਰਾਖਾ ਸਿੱਧੀ ਜਾਈ ਪਾਣੀ ਉਧਰ ਉਧਰੀ ਰੁਕੀ ਜਾਊ ਸੁੱਕਾ ਦਾ ਤੈਨੂੰ ਮਿਲ ਜਊ ਤੂੰ ਲੰਘ ਜੀ ਹੋ ਗਣੀ ਚੰਗਾ ਉਹਨੇ ਆ ਕੇ ਦੇਖ ਲਿਆ ਪਰ ਤੈੱਕੇ ਕੀ ਫਰਕ ਐ ਉਨੇ ਪਈ ਰਾਖ ਕਰਕੇ ਦੇਤੀ ਪ੍ਰਮਤਮ ਦਾ ਨਾਮ ਲੈ ਕੇ ਉਹ ਮਸਾਏ ਮੂਰੇ ਜਦੋਂ ਸਿੱਟੇ ਕਰੇ ਪਾਣੀ ਉਧਰ ਉਧਰੀ برف ਵਾਂਗੂ ਜੰਮ ਕੇ ਖੜ ਜਾ ਕਰੇ ਉਹ ਮੌਜ ਨਾਲ ਲੰਗੀ ਲੰਗੀ ਮਾਲਕ ਕੋਲੇ ਵਾਗ ਗਈ ਉਹ ਕਹਿੰਦਾ ਵੀ ਦੇਖ ਲੈ ਤੂੰ ਕਿਵੇਂ ਆਈ ਹੁਣ ਤਾਂ 11 ਵਜਣ ਵਾਲੇ ਨੇ ਉਹ ਕਹਿੰਦੇ ਜੀ ਸੋਡਾ ਭਰਾ ਆ ਜਿਹੜੇ ਉਹ ਕਹਿੰਦੇ ਜੀ ਸਾਥ ਹੋ ਗਿਆ ਉਹ ਕਹਿੰਦਾ ਮੈਂ ਜਾਣਾ ਭਾਈ ਨੂੰ ਮਿਲ ਕੇ ਜਾਣਾ ਉਹ ਕਹਿੰਦਾ ਹੈ ਕਹਿੰਦੀ ਹਾਂ ਤੇਰਾ ਭਰਾ ਆਇਆ ਉਹ ਕਹਿੰਦਾ ਫਿਰ ਤੂੰ ਨਦੀ ਵਿਚ ਦੀ ਕਿਵੇਂ ਆਈ ਉਹ ਕਹਿੰਦੀ ਮੈਨੂੰ ਨੇ ਰਾਖ ਕਰਕੇ ਦੇਤੀ ਰਾਖ ਕਰਕੇ ਦੇਤੀ ਮੈਂ ਮੂਰੇ ਮੂਰੇਆਂ ਚੁੜਕੀ ਜੀ ਸਿਰਦਿਆ ਕਰਾ ਪਾਣੀ ਉਤਰੋ ਤੇ ਰੁਕ ਜਾ ਕਰੇ ਮੈਂ ਸੁੱਕੇ ਸੁੱਕੇ ਲੰਗੇ ਆਈ ਉਹ ਕਹਿੰਦਾ ਬੜਾ ਤਜਰਬਾ ਹੈ ਬੜੀ ਭਗਤੀ ਕਰੀ ਹੈ ਕਹ ਲੈ ਕਹਿੰਦਾ ਫਿਰ ਮੈਂ ਆਉਣਾ ਹੂੰ ਉਹ ਕਹਿੰਦੀ ਫਿਰ ਹੁਣ ਮੈਂ ਕਿਵੇਂ ਲੰਘੂੰ ਹੂੰ ਕਹਿੰਦਾ ਕੋਈ ਤੈਨੂੰ ਮੈਂ ਵੀ ਰੰਨਾ ਕਰਕੇ ਰੱਖਾ ਹੂੰ ਉਹਨੇ ਲੈ ਕੇ ਰੱਬ ਦਾ ਨਾਮ ਰੱਬ ਦਾ ਨਾਮ ਹਾਲ ਨੂੰ ਕਰਕੇ ਟੇਡਾ ਚਾ ਉਹਦੇ ਨਾਲੋਂ ਮਿੱਟੀ ਲਾ ਲਈ ਹੂੰ ਮਿੱਟੀ ਲਾ ਕੇ ਵੀ ਲੈ ਪਰਮਾਤਮਾ ਲਾਤਾ ਸੀ ਮਾਤਾ ਵੀ ਮੈਂ ਤਾਂ ਦੁਨੀਆ ਦੀ ਖਾਤਰ ਹੀ ਰਿਜਕ ਤਿਆਰ ਕਰਦਾ ਹੁੰਨਾ ਹੂੰ ਵੀ ਆਖਰ ਨੂੰ ਭਗਤੀ ਹੀ ਹੈ ਵੀ ਹੁਣ ਮੇਰੀ ਲੱਜਾ ਤੋੜੱਖ ਪਰਮਾਤਮਾ ਇਧਰੋਂ ਹੂੰ ਕਾ ਉਹ ਨੂੰ ਦੇਤੀ 2 ਕਿਲੋ ਮਿੱਟੀ ਕਹਿੰਦਾ ਐ ਚੁਟਕੇ ਮੂਰੇ ਸਿੱਟਦਾ ਕਰੀ ਉਵੇਂ ਜੇ ਪਾਣੀ ਖੜਜੂ ਉਹ ਪਈ ਉਹ ਵੇ ਜੇ ਪਾਣੀ ਫੇਰ ਖੜ ਗਿਆ ਜਦੋਂ ਉਧਰ ਉਹ ਲੰਘਿਆ ਜੀ ਲੰਘਿਆ ਸਾਥ ਕੋਲ ਆ ਗਈ ਤੇ ਕਹਿੰਦਾ ਆਉਂਦਾ ਜੀ ਉਹ ਕਹਿੰਦੀ ਹਾਂ ਜੀ ਆਉਂਦਾ ਚੱਲ ਭਾਈ ਇੱਥੇ ਨੇ ਉਹ ਆ ਗਿਆ ਉਹ ਨੂੰ ਪੁੱਛਦਾ ਆਪਦੀ ਭਝਾਈ ਨੂੰ ਸਾਥ ਕਹਿੰਦਾ ਤੂੰ ਫਿਰ ਉਧਰੋਂ ਕਿਵੇਂ ਆਈ ਕਹਿੰਦੀ ਉਹਨੇ ਮੈਨੂੰ ਚਾ ਉਹਦੇ ਨਾਲ ਮਿੱਟੀ ਲਾ ਕੇ ਦੇਤੀ ਮੈਂ ਬੈਹਿ ਰੂ ਬੈਹਿ ਰੂ ਕਹਿੰਕੇ ਐ ਮੂਰੇ ਛੱਡ ਜਾ ਕਰਾ ਪਾਣੀ ਜਿਵੇਂ ਤੈਂ ਰੋਕਿਆ ਤੇ ਹੋਣੀ ਫੇਰ ਖੜ ਜਾ ਕਰੇ ਉਹ ਕਹਿੰਦਾ ਯਾਰ ਉਹ ਫਿਰ ਵਧੀਆ ਰਿਹਾ ਨਾਲੇ ਘਰ ਬਸਾ ਲਿਆ ਬੱਚੇ ਹੋ ਗਏ ਨਾਲੇ ਮੇਰੇ ਜਿੱਦੀ ਭਗਤੀ ਫੇਰ ਕਰ ਗਿਆ ਐਤਨੇ ਭਈ ਉਹ ਆ ਗਿਆ ਖੇਤੋਂ ਚਲੋ ਵਧੀਆ ਗੱਲਾਂ ਬਾਤਾਂ ਕਰੀਆਂ ਤੇ ਮਿਲੇ ਜੁਲੇ ਗੱਲਾਂ ਬਾਤਾਂ ਕਰਕੇ ਬਹਿ ਗਏ ਤੇ ਰੋਟੀ ਰੋਟੀ ਵੀ ਬਣਾਓ ਚਾਹ ਪਾਣੀ ਕਰੋ ਉਹ ਕਹਿੰਦਾ ਕੋਈ ਨਹੀਂ ਰੋਟੀ ਵੀ ਖਾ ਲਈ ਚਾਹ ਵੀ ਪੀ ਲਈ ਫੇਰ ਵਾ ਹੁਣ ਜਾਊਗਾ ਵੀ ਤੈਨੂੰ ਹੀ ਮਿਲਣਾ ਸੀ ਉਹ ਕਹਿੰਦਾ ਵੀ ਚੰਗਾ ਤੇਰੀ ਮਰਜ਼ੀ ਹੈ ਹੁਣ ਘਰੀਰ ਹੈ ਪਤਾ ਕੀ ਹੈ ਉਹ ਕਹਿੰਦਾ ਨਹੀਂ ਭਗਤੀ ਕਰਾਂਗੇ ਕਹਿੰਦਾ ਭਗਤੀ ਤਾਂ ਮੈਂ ਵੀ ਕਰੀ ਹੈ ਮੈਂ ਵੀ ਰਾਖ ਨਾਲ ਇਹ ਗਾਹ ਨਗਾਤੀ ਮੈਂ ਵੀ ਉਧਰੋਂ ਚੌਦੀ ਮਿੱਟੀ ਨਾਲ ਨਗਾਤੀ ਤੇ ਭਗਤੀ ਤਾਂ ਇਹ ਵੀ ਹੈ ਕਹਿੰਦਾ ਤੇਰੇ ਨਾਲ ਉਹ ਅਸਲ ਲੱਗਾ ਜਿਹੜਾ ਹਲ ਬੋਹਦਾ ਸੀ ਕਹਿੰਦਾ ਤੇਰੇ ਨਾਲ ਭਗਤੀ ਕੁਝ ਮੇਰੀ ਵੱਡੀ ਹੈ ਥੋੜੀ ਨਹੀਂ ਹੂੰ ਮੋ ਕਹਿੰਦਾ ਐ ਵੱਡੀ ਕਿਵੇਂ ਕਹਿੰਦਾ ਵੱਡੀ ਤਾਂ ਹੈਗੀ ਤੂੰ ਦੇਖ ਲੈ ਉਹ ਕਹਿੰਦਾ ਦੱਸ ਫਿਰ ਹੂੰ ਉਹਨੇ ਚਲੋ ਬੇੜੇ ਚ ਤਰਤਾ ਚਾਹੋ ਆਪਾਂ ਕਹਿ ਦਈਏ ਤੌੜੇ ਚ ਲਿਆ ਹੂੰ ਵੇ ਕਹਿੰਦਾ ਹੋ ਪਏ ਨੇ ਭਾਂਡੇ ਹੋ ਪਏ ਪਾਣੀ ਦਾ ਘੜਾ ਹੂੰ ਸਾਧ ਨੂੰ ਕਹਿੰਦਾ ਤੂੰ ਆਏ ਕਰ ਦੋ ਗਲਾਸ ਹੂੰ ਘੜੇ ਦੇ ਵਿੱਚੋਂ ਭਰੇ ਭਰੇ ਆਪਣੇ ਕੋਲੇ ਆ ਹੁਣ ਹੂੰ ਇੱਕ ਤਾਂ ਤੈਨੂੰ ਫੜਾ ਦੇਣ ਇੱਕ ਮੈਨੂੰ ਫੜਾ ਦੇਵੇ ਦਿਖਾ ਸਕਤੀ ਹੂੰ ਸਾਧ ਕਹਿੰਦਾ ਜਰਾ ਇਹ ਕਹੇ ਉਹੜ ਕੇ ਗਲਾਸ ਹੂੰ ਵੀ ਇਹ ਤੁਹਾਡੀ ਮੈਥੋਂ ਤਾਂ ਨਹੀਂ ਆ ਸਕਦੇ ਹੂੰ ਕਹਿੰਦਾ ਨਾ ਪਹਿਲਾਂ ਦੇਖ ਲੈ ਤੂੰ ਮਨ ਨੂੰ ਠੋਰ ਲੈ ਤੂੰ ਭਗਤ ਹੈ ਰੱਬ ਦਾ ਸਾਧ ਹੈ ਬੇ ਇਹ ਦੋ ਗਲਾਸ ਭਰੇ ਭਰਾਏ ਇੱਕ ਤੈਨੂੰ ਇੱਕ ਮੈਨੂੰ ਪਾਣੀ ਦੇ ਲੈ ਕੇ ਫੜਾਉਣ ਹਮ ਸ਼ਕਤੀ ਉਹ ਕਹਿੰਦਾ ਵੀ ਮੈਰੀ ਤਾਂ ਨਹੀਂ ਇਹ ਗੱਲ ਚੱਲ ਸਕਦੀ ਗਲਾਸ ਮੈਂ ਤਾਂ ਨਹੀਂ ਮੰਗਾ ਸਕਦਾ ਕਹਿੰਦਾ ਮੈਂ ਮੰਗਾ ਮਾ ਉਹ ਕਹਿੰਦਾ ਮੰਗਾ ਚਾਹਤੀ ਨੂੰ ਆਖਿਆ ਆਖਿਆ ਚਾਹੋ ਪੁੱਤ ਨੂੰ ਆਖਿਆ ਚਾਹੋ ਟੱਬਰ ਨੂੰ ਆਖਿਆ ਕਿਸੇ ਨੂੰ ਕਹੇ ਤਾਂ ਉਹਨਾਂ ਤੇ ਨਿਆਚਾਰਾ ਚੋ ਚੱਲ ਪੁੱਤ ਤੇ ਢਾਲ ਲੈ ਉਹ ਮੁੰਡੇ ਨੂੰ ਆਖਿਆ ਉਹ ਪੁੱਤ ਕਹਿੰਦਾ ਦੋ ਗਲਾਸ ਠੰਡੇ ਪਾਣੀ ਦੇ ਲਿਆ ਭਰ ਕੇ ਹੂੰ ਉਹਨੇ ਮੁੰਡੇ ਨੇ ਲੈ ਕੇ ਬਾਜ ਨਫੜਾ ਤੇ ਹੂੰ ਕਹਿੰਦਾ ਹੈ ਭਗਤੀ ਆ ਨਾ ਤਾਂ ਜਵਾਕ ਬੈਠੇ ਨੂੰ ਪਾਣੀ ਫੜਾਉਂਦੇ ਨੇ ਬੈਠੇ ਨੂੰ ਰੋਟੀ ਖਵਾਉਣਗੇ ਬੈਠੇ ਨੂੰ ਚਾਹ ਪਿਆਉਣਗੇ ਨਾਲੇ ਕਹਿੰਦਾ ਤੇਰੇ ਜਿੰਨੀ ਭਗਤੀ ਨਦੀ ਦੇ ਵਿੱਚ ਦਿਖਾ ਤੀ ਕਹਿੰਦਾ ਤੇਰੇ ਨਾਲ ਵੱਡਾ ਹੋਇਆ ਕਿ ਛੋਟਾ ਹੋਇਆ ਕਹਿੰਦਾ ਹੁਣ ਤੈਨੂੰ ਬੜੇ ਪੇ ਵੇਲੇ ਭਾਵੇਂ ਤੂੰ ਨਹੀਂ ਤੇ ਬੈਠਾ ਹੂੰ ਕੋਈ ਪਿੰਡ ਚ ਰੋਟੀ ਫੜਾ ਜੇ ਫੜਾ ਜੇ ਨਾ ਫੜਾ ਜੇ ਨਾ ਹੀ ਫੜਾਵੇ ਫੇਰ ਕੀ ਕਰੇਗਾ ਕਹਿੰਦਾ ਇਹ ਮੈਨੂੰ ਰੋਟੀ ਵੀ ਫੜਾਉਣਗੇ ਪਾਣੀ ਵੀ ਫੜਾਉਣਗੇ ਕੱਪੜਾ ਵੀ ਵਿਛਾਉਣਗੇ ਮੰਝਾ ਵੀ ਡਾਉਣਗੇ ਕਹਿੰਦਾ ਤੂੰ ਇਸ ਗੱਲ ਤੇ ਕਿਉਂ ਨਾ ਹੋਇਆ ਛੱਡ ਕਹਿੰਦਾ ਇਹ ਗੱਲਾਂ ਨੂੰ ਵੀ ਭਗਤੀ ਤਾਂ ਮਨ ਦੇ ਅੰਦਰ ਹੈ ਹਾਂ ਠੀਕ ਹੈ ਜੀ ਗੱਲ ਤੂੰ ਸਾਫ ਨੀਤ ਨਾਲ ਆਪਦੇ ਘਰੇ ਕੰਮ ਕਰੀਂ ਜਾਂ ਵੈਸ ਗੁਰੂ ਦਾ ਨਾਮ ਲਈਂ ਜਾਂ ਪਰਮਾਤਮਾ ਦਾ ਹਾਂ ਜੀ ਨੇ ਤੈਨੂੰ ਵੀ ਸਾਜਿਆ ਆਪਾਂ ਨੂੰ ਉਸ ਪਰਮਾਤਮਾ ਦੇ ਗੁਣ ਗਾਈਏ ਜਸ ਗਾਈਏ ਆਪਾਂ ਨੂੰ ਮਾਨਸ ਰਹੀ ਦਿੱਤੀ ਹੈ ਇਹ ਪਰਮਾਤਮਾ ਦੇ ਜਸ ਗਾਉਣ ਖਾਤਰ ਹੈ ਹੈ ਆਪਾਂ ਨੂੰ ਦਾਤਾ ਮਰਾਦਾ ਦਿੱਤੀ ਹੈ ਨਾ ਪਰਮਾਤਮਾ ਨੇ ਦਿੱਤੀ ਹੈ ਨਾ ਆਪਾਂ ਜੋਰ ਨਾਲ ਕੋਈ ਲੈ ਲਾਂਗੇ ਚੀਜ਼ ਨੂੰ ਹੈ ਕਹਿੰਦਾ ਇਸ ਕੰਮ ਤੇ ਰਹਿ ਉਹ ਭਾਈ ਫਿਰ ਸਾਧੂ ਨੂੰ ਇਸ ਗੱਲ ਨੂੰ ਮੰਨਣਾ ਪਿਆ ਉਹ ਆਪਾਂ ਵੀ ਇਸ ਗੱਲ ਨੂੰ ਸੋਚ ਕੇ ਚੱਲੋ ਵੀ ਪ੍ਰਮਾਤਮਾ ਨੇ ਆਪਾਂ ਨੂੰ ਜਦੋਂ ਮਾਨਸ ਦੇਹੀ ਦੇ ਵਿੱਚ ਭੇਜਤਾ ਫਿਰ ਪ੍ਰਮਾਤਮਾ ਦਾ ਕੋਸਤਾ ਨਾ ਲਈਏ ਕੋਸਤਾ ਜੱਸ ਗਾਈਏ ਇਹ ਸੱਚੇ ਪਾਤਸ਼ਾਹ ਸ਼ੋਕਰਾਏ ਜੇ ਤੈਨੂੰ ਚੰਗਾ ਲੱਗਿਆ ਤਾਂ ਮੈਨੂੰ ਮਾਨਸ ਦੇਹੀ ਦੇ ਵਿੱਚ ਭੇਜਾ ਹਾਂ ਤੇ ਦਾਤਾ ਮਦਦਾਂ ਦਿੱਤੀਆਂ ਵੀ ਪ੍ਰਮਾਤਮਾ ਪਹਿਲਾਂ ਵੀ ਤਾਂ ਕਿਰਪਾ ਕਰਕੇ ਤੋਰਿਆ ਹਾਂ ਜੀ ਇੱਥੇ ਵੀ ਤੂੰ ਕਿਰਪਾ ਕਰਦਾ ਰਹੇ ਸਾਰੇ ਕਾਰੋਬਾਰ ਤੂੰ ਹੀ ਸਮਰਤਾ ਰਹੇ ਵੀ ਮਹਾਰਾਜ ਸੱਚੇ ਪਾਤਸ਼ਾਹ ਮੈਂ ਤਾਂ ਹੁਣ ਇਹੀ ਜੀ ਬੇਨਤੀ ਤੇ ਤੇਰੀ ਬੇਨਤੀ ਕਰ ਸਕਦਾ ਗਾਹਾਂ ਵੀ ਕਿਰਪਾ ਕਰੀ ਹਾਂ ਹੁਣ ਗਾਹਾਂ ਵਾਲੀ ਕਿਰਪਾ ਤੇ ਤੇ ਇਸ ਗੱਲ ਤੇ ਕੋਈ ਨਹੀਂ ਰਹਿੰਦਾ ਤਮਾ ਚ ਵੱਢ ਜਾਂਦੇ ਨੇ ਅਗਲਾ ਕਹਿੰਦਾ ਇੰਨੀ ਮੇਰੇ ਕੋਲੇ ਜਾਇਾਦਤ ਹੋਵੇ ਇੰਨੀ ਮਾਇਆ ਹੋਵੇ ਉਹ ਚੀਜ਼ ਹੋਵੇ ਆ ਚੀਜ਼ ਹੋਵੇ ਫਿਰ ਇਹ ਨੀਤ ਹੀ ਨਹੀਂ ਭਰਦੀ ਚੀਜ਼ਾਂ ਮੰਗਣ ਦੀ ਜੇ ਬਣ ਵੀ ਜਾਣ ਗਿਆ ਫੇਰ ਨਹੀਂ ਨੀਤ ਭਰਦੀ ਫਿਰ ਹੋਰ ਵਾਧੀਆਂ ਦੀ ਹਾਂ ਫਿਰ ਹੋਰ ਜਿਵੇਂ ਉਹ ਰਾਜੇ ਰਾਣੇ ਨੇ ਕੀ ਇਹ ਚੀਜ਼ਾਂ ਦਾ ਤੋੜ ਹੈ ਹਾਂ ਜੀ ਜੇ ਦਾਨ ਕਰਨ ਲੱਗੇ ਦਾਨ ਕਰਕੇ ਕੀ ਕਿਤੇ ਥੋੜਾ ਕੁਝ ਹੈ ਬੇ ਦਾਨ ਤਾਂ ਕਰਿਆ ਦਰਗਾਹ ਦੇ ਵਿੱਚ ਹਰ ਹੈ ਹਾਂ ਜੀ ਧਰਮ ਰਾਜ ਦੇ ਜਾ ਕੇ ਇੱਕ ਤਾਂ ਪਰਮਾਤਮਾ ਦੇ ਨਾਮ ਨੇ ਇੱਕ ਹੱਥਾਂ ਦੇ ਦਾਨ ਨੇ ਸਹਾਇਤਾ ਕਰਨੀ ਹੈ ਹੋਰ ਕਿਸੇ ਨੇ ਉੱਥੇ ਆਪਣੀ ਬਾਹ ਨਹੀਂ ਫੜਨੀ ਠੀਕ ਹੈ ਹਾਂ ਜੇ ਮਹਾਰਾਜ ਦਾ ਬਸ ਮੇਰਾ ਤਾਂ ਕਹਿਣਾ ਇਹੀ ਹੈ ਸਭ ਨੂੰ ਵੀ ਜਿੰਨਾ ਕੋਈ ਹੁੰਦਾ ਹੈ ਪਰਮਾਤਮਾ ਦਾ ਨਾਮ ਲਾਓ ਪਰਮਾਤਮਾ ਦੇ ਜਸ ਗਾਓ ਪਰਮਾਤਮਾ ਦਾ ਸ਼ੁਕਰ ਗੁਜ਼ਾਰੋ ਜੀ ਨੇ ਮੈਨੂੰ ਇਹ ਮਾਨਸ ਦੇਹੀ ਦੇ ਵਿੱਚ ਭੇਜ ਤਾਂ ਦਾਤਾ ਮਰਦਾ ਦੇਤੀਆਂ ਹਾਂ ਇਦੋਂ ਹੋਰ ਕੀ ਚੰਗਾ ਕਰ ਸਕਦਾ ਆਪਣੇ ਖਾਤਰ ਚਾਰ ਜੂਨਾ ਪੈਦਾ ਕਰਤੀਆਂ ਦੁੱਧ ਪਿਉਣ ਨੂੰ ਤੇਰਮਾ ਰਤਨ ਕਹਿੰਦੇ ਜਿਹਨੂੰ ਆਪਾਂ ਠੀਕ ਹੈ ਜੀ ਗਾਇਆਂ ਤੇ ਮਾਏ ਬੱਕਰੀ ਬੋਤੀ ਦੁੱਧ ਦਿੰਦਿਆਂ ਨਾ ਆਪਾਂ ਬੋਤੀਆਂ ਦਾ ਦੁੱਧ ਰਾਜਸਥਾਨ ਚ ਬਥੇਰੇ ਪੀਂਦੇ ਨੇ ਬੱਕਰੀਆਂ ਦਾ ਬਥੇਰੇ ਪੀਂਦੇ ਨੇ ਉਦੋਂ ਬੱਕਰੀਆਂ ਤੇ ਬੋਤੀਆਂ ਵੱਧ ਨੇ ਠੀਕ ਹੈ ਥੋੜੀਆਂ ਗਾਇਆਂ ਬਥੇਰੀਆਂ ਨੇ ਮੱਸਾਂ ਘਟ ਨੇ ਕਿਉਂ ਪਾਣੀ ਦਾ ਤੋੜਾ ਠੀਕ ਹੈ ਜੀ ਵੀ ਦੇਖ ਚਾਰ ਜੂਨਾ ਉਹਨੇ ਆਪਾਂ ਨੂੰ ਦੁੱਧ ਖਾਤਰ ਤਿਆਰ ਕਰਕੇ ਦੇਤੀਆਂ ਸਾਜ ਕੇ ਹਾਂ ਕਿੰਨੀਆਂ ਜੂਨਾ ਫਲ ਵਾਲੀਆਂ ਉਹਨੇ ਦਰਖਤ ਬਿਰਛ ਤਿਆਰ ਕਰਕੇ ਫਲ ਖਾਤਰ ਆਪਾਂ ਨੂੰ ਦੇਤੇ ਹਾਂ ਜੀ ਕਿੰਨੇ ਭਾਂਤਾਂ ਨਾਜ ਦੇਤਾ ਮਿੱਠਾ ਕੌੜਾ ਕਰਾਰਾ ਕਿਹਾ ਜਾਂ ਕਿੰਨਾ ਕੁਸ ਦਿੱਤਾ ਕਿੰਨੇ ਫਲ ਦਿੱਤੇ ਨੇ ਵੀ ਆਪਾਂ ਫੇਰ ਨਹੀਂ ਇਸ ਤੇ ਖੜਦੇ ਹੈਨਾ ਰਾਜ ਦੇ ਨਹੀਂ ਮਾਇਆ ਕਿਸ ਦੇ ਨਾਲ ਨਹੀਂ ਗਈ ਕਿੰਨੀ ਮਰਜ਼ੀ ਜੋੜੀ ਜਾ ਪਰ ਮਾਇਆ ਵੀ ਉਨੀ ਕੀ ਚਾਹੀਦੀ ਆਪਦੀ ਕਾਰੋਬਾਰ ਸਹੀ ਚੱਲੀ ਜਾਵੇ ਅਸੀਂ ਦੂਆ ਮੁੱਸੀ ਵਾਲਾ ਕੀ ਲੈ ਗਿਆ ਹਾਂ ਕਾਰੋਬਾਰ ਸਹੀ ਚੱਲੀ ਜਾਵੇ ਮਾਇਆ ਬਸ ਬੋਨੇ ਕੀ ਬਹੁਤ ਹੈਗੀ ਜਿਹੜੀ ਬਾਲੀ ਇਕੱਠੀ ਕਰ ਲਾਂਗੇ ਮਾਇਆ ਵੀ ਸਰਾਫ ਦੇਣ ਲੱਗ ਜਾਂਦੀ ਆ ਹੂੰ ਜੋ ਆਪਾ ਤੋਂ ਵਰਤੀ ਨਹੀਂ ਜਾਂਦੀ ਪਈ ਹੈ ਹੂੰ ਖਜ਼ਾਨਿਆਂ ਦੇ ਵਿੱਚ ਰਾਜ ਜਾਂਦੇ ਹੂੰ ਤੇ ਪੈੇ ਲੋਟਣਾ ਫਿਰ ਉਹ ਮੁਸ਼ਕ ਜਾਂਦੇ ਨੇ ਉਹ ਵੀ ਫਿਰ ਸਰਾਫ ਦਿੰਦੀ ਆ ਕੋਈ ਐਸੀ ਗੱਲ ਨਹੀਂ ਇਹ ਜਿਹੜੀ ਲక్ష్ਮੀ ਹੈ ਇਹ ਵੀ ਇੱਕ ਸ਼ਕਤੀ ਭਗਤੀ ਵਾਲੀ ਹੈ ਹੈਨਾ ਜਿੰਨੀ ਕਿ ਵਰਤੀ ਜਾਵੇ ਹੱਥਾਂ ਨਾਲ ਦਾਨ ਹੋ ਜੇ ਉਹ ਚੰਗਾ ਹੀ ਚੰਗਾ ਹੈ ਹੈਨਾ ਐ ਰੱਬ ਦਾ ਨਾਮ ਲਿਆ ਜਾਵੇ ਉਹ ਚੰਗਾ ਹੀ ਚੰਗਾ ਪਰਮਾਤਮਾ ਦਾ ਠੀਕ ਹੈ ਭਾਈ ਹੋਰ